ਚੇਤਾਵਨੀ ਇਸ ਵੀਡੀਓ ਵਿੱਚ ਪਰੇਸ਼ਾਨ ਕਰਨ ਵਾਲੇ ਦ੍ਰਿਸ਼ ਹਨ ਮੈਂ ਖੁਸ਼ਾਂ ਮੇਰੀ ਨੱਕ ਠੀਕ ਹੋ ਗਈ ਹੈ ਇਹ ਬਹੁਤ ਚੰਗਾ ਹੈ ਜ਼ਾਰਕਾ ਦੇ ਪਤੀ ਨੇ ਉਸ ਦਾ ਨੱਕ ਵੜ ਦਿੱਤਾ ਸੀ ਇਹ ਬਹੁਤ ਦਰਦਨਾਕ ਸੀ ਅਤੇ ਮੇਰਾ ਖੂਨ ਵਹਿ ਰਿਹਾ ਸੀ ਮੈਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਰਹੀ ਸੀ ਪਰ ਸਰਜਰੀ ਨੇ ਨਵੀਂ ਉਮੀਦ ਜਗਾ ਦਿੱਤੀ ਹੈ ਮੇਰਾ ਪਤੀ ਹਰ ਕਿਸੇ ਨੂੰ ਲੈ ਕੇ ਮੇਰੇ ਤੇ ਸ਼ੱਕ ਕਰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੇਰਾ ਕਿਰਦਾਰ ਸਹੀ ਨਹੀਂ ਮੈਂ ਕਹਿੰਦੀ ਸੀ ਇਹ ਸੱਚ ਨਹੀਂ ਹੈ 사ਲਾ ਤੋਂ ਜ਼ਾਰਕਾ ਦਾ ਪਤੀ ਉਸ ਨੂੰ ਮਾਰਦਾ ਅਤੇ ਗਾਲਾਂ ਕੱਢਦਾ ਸੀ ਮੈਂ ਆਪਣੇ ਮਾਪਿਆਂ ਕੋਲ ਗਈ ਅਤੇ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਉਸ ਤੋਂ ਆਜ਼ਾਦ ਕਰਵਾਉਣ ਕਿਉਂਕਿ ਉਹ ਮੈਨੂੰ ਮਾਰਦਾ ਸੀ ਅਤੇ ਮੈਨੂੰ ਜਾਨ ਦਾ ਖਤਰਾ ਸੀ ਪਰ ਉਸ ਨੂੰ ਵਾਪਸ ਪਰਤਨਾ ਪਿਆ ਜਦੋਂ ਉਸਦੇ ਮਾਪਿਆਂ ਨੇ ਉਸ ਦੀ ਸੁਰੱਖਿਆ ਦਾ ਪਰੋਸਾ ਦਿੱਤਾ ਫਿਰ ਤੋਂ ਉਸ ਦਾ ਮਾੜਾ ਵਤੀਰਾ ਸ਼ੁਰੂ ਹੋ ਗਿਆ ਮੈਂ ਪੱਜੰਦ ਦੀ ਕੋਸ਼ਿਸ਼ ਕੀਤੀ ਮੈਂ ਗਵਾਂਡ ਦੇ ਘਰ ਚ ਵੜਨ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਸੀ ਉਸਨੇ ਮੈਨੂੰ ਮੇਰੇ ਕੱਪੜਿਆਂ ਤੋਂ ਫੜਿਆ ਮਲਤਿ ਮੂ ਗਈ ਆ ਫਿਰ ਇੱਕ ਛੋਟੇ ਜਿਹੇ ਬਗੀਚੇ ਚ ਮੈਨੂੰ ਸੁੱਟਿਆ ਹਾਦੇ ਮੇਰਾ ਨੱਕ ਵੱਡ ਦਿੱਤਾ ਪਰ ਜਦੋਂ ਅਫਗਾਨ ਸਰਜਨ ਡਾਕਟਰ ਜ਼ਲਮਈ ਖਾਨ ਨੇ ਉਸ ਦੇ ਜ਼ਖਮ ਦੀਆਂ ਤਸਵੀਰਾਂ ਦੇਖੀਆਂ ਤਾਂ ਉਹਨਾਂ ਨੇ ਮੁਫਤ ਇਲਾਜ ਕਰਨ ਦੀ ਪੇਸ਼ਕਸ਼ ਕੀਤੀ। 3 ਘੰਟਿਆਂ ਦੇ ਜਟਿਲ ਆਪਰੇਸ਼ਨ ਦੇ ਦੌਰਾਨ ਜ਼ਰਕਾ ਦੇ ਗਲ ਦੀ ਚਮੜੀ ਦੀ ਵਰਤੋਂ ਉਸ ਦਾ ਨਵਾਂ ਨੱਕ ਬਣਾਉਣ ਲਈ ਕੀਤੀ ਗਈ। ਜਦੋਂ ਅੱਜ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਿਆ ਤਾਂ ਮੈਨੂੰ ਲੱਗਿਆ ਕਿ ਮੈਂ ਹੁਣ ਕਾਫੀ ਠੀਕ ਹੋ ਗਈ ਹਾਂ। ਪਹਿਲਾਂ ਚੰਗਾ ਨਹੀਂ ਲੱਗ ਰਿਹਾ ਸੀ। ਹੁਣੇ ਕਾਫੀ ਹੱਦ ਤੱਕ ਠੀਕ ਲੱਗ ਰਿਹਾ ਹੈ ਸਰਜਰੀ ਚੰਗੀ ਤਰ੍ਹਾਂ ਹੋਈ ਥੋੜੀ ਜਲਨ ਮਹਿਸੂਸ ਹੋਈ ਪਰ ਕੋਈ ਵੱਡੀ ਸਮੱਸਿਆ ਨਹੀਂ ਸੀ ਪਰ ਆਪਰੇਸ਼ਨ ਦਾ ਨਤੀਜਾ ਇਨਾ ਹਾਲਾਤ ਚ ਕਾਫੀ ਚੰਗਾ ਰਿਹਾ ਜ਼ਾਰਕਾ ਦਾ ਪਤੀ ਹੁਣ ਜੇਲ੍ਹ ਵਿੱਚ ਹੈ ਉਹਨਾਂ ਦਾ 6 ਸਾਲਾਂ ਦਾ ਬੇਟਾ ਪਤੀ ਦੇ ਪਰਿਵਾਰ ਨਾਲ ਰਹਿੰਦਾ ਹੈ ਮੈਂ ਆਪਣੇ ਬੇਟੇ ਨੂੰ ਕਾਫੀ ਯਾਦ ਕਰਦੀ ਹਾਂ ਮੈਂ ਜਦੋਂ ਵੀ ਕੁਝ ਖਾਣ ਲੱਗਦੀ ਹਾਂ ਉਸ ਬਾਰੇ ਸੋਚਦੀ ਹਾਂ ਪਤੀ ਦੇ ਹਿੰਸਕ ਵਤੀਰੇ ਦੇ ਬਾਵਜੂਦ ਅਫਗਾਨਿਸਤਾਨ ਦੇ ਕਾਨੂੰਨ ਮੁਤਾਬਕ ਜ਼ਾਰਕਾ ਨੂੰ ਆਪਣੇ ਬੇਟੇ ਦੀ ਕਸਟਡੀ ਮਿਲਣਾ ਮੁਸ਼ਕਲ ਹੈ ਪਰ ਜ਼ਾਰਕਾ ਫੈਸਲਾ ਕਰ ਚੁੱਕੀ ਹੈ ਕਿ ਉਹ ਵਾਪਸ ਨਹੀਂ ਜਾਵੇਗੀ ਮੈਂ ਉਸ ਤੋਂ ਆਜ਼ਾਦ ਹੋਣਾ ਚਾਹੁੰਦੀ ਹਾਂ ਮੈਨੂੰ ਤਲਾਕ ਚਾਹੀਦਾ ਹੈ